ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਮੋਹਾਲੀ ਦੇ ਪਿੰਡ ਜਗਤਪੁਰਾ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ। ਸੁਵਿਧਾ ਕੈਂਪ ਦੇ ਵਿੱਚ ਲੋਕ ਆਪਣੀਆਂ ਸਮੱਸਿਆ ਲੈ ਕੇ ਪਹੁੰਚੇ ਤੇ ਮੌਕੇ ਤੇ ਉਹਨਾਂ ਦਾ ਹੱਲ ਕੀਤਾ ਗਿਆ। ਉੱਥੇ ਹੀ ਮੋਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਪਹੁੰਚੇ। ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉੱਥੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਲੋਕਾਂ ਤੱਕ ਅਸੀਂ ਪਹੁੰਚ ਕਰ ਰਹੇ ਹਾਂ। ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਇਸ ਕੈਂਪ ਦੇ ਵਿੱਚ ਕੀਤਾ ਜਾ ਰਿਹਾ। ਚਾਰ ਪਿੰਡਾਂ ਦਾ ਜਿਹੜਾ ਕੈਂਪ ਆ ਅੱਜ ਲੱਗਿਆ ਹੋਇਆ ਇਕੱਠਾ ਇੱਥੇ, ਸਰਕਾਰ ਆਪਕੇ ਦੁਆਰ ਦੀ ਜਿਹੜੀ ਮੁਹਿੰਮ ਚਲਾਈ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਉਹਦੇ ਤਹਿਤ ਇੱਥੇ ਕੈਂਪ ਦੇ ਵਿੱਚ ਹਰ ਇੱਕ ਡਿਪਾਰਟਮੈਂਟ ਤੋਂ ਆਫੀਸਰ ਸਾਹਿਬਾਨ ਔਰ ਇੰਪਲਾਈਜ਼ ਬੈਠੇ ਨੇ ਅਤੇ ਲੋਕਾਂ ਦੇ ਕੰਮ ਕਰ ਰਹੇ ਨੇ। ਲੋਕਾਂ ਨੂੰ ਜਿਹੜਾ ਦਫ਼ਤਰਾਂ ਵਿੱਚ ਜਾ ਕੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਨਹੀਂ ਕਰਨਾ ਪੈਂਦਾ ਸੀ, ਲੋਕਾਂ ਨੂੰ ਜਾਣਾ ਵੀ ਪੈਂਦਾ ਸੀ, ਆਉਣਾ ਵੀ ਪੈਂਦਾ ਸੀ 10-20 ਕਿਲੋਮੀਟਰ ਦੀ ਘੇਰੇ ਦੇ ਵਿੱਚ, ਅਤੇ ਉਹਨਾਂ ਲੋਕਾਂ ਦੇ ਕੰਮ ਨੇ ਉੱਥੇ ਜਾਣਾ ਵੀ ਨਹੀਂ ਪੈਂਦਾ ਅਤੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਘਰ ਬੈਠੇ ਬਿਠਾਏ ਬਿਨਾਂ ਕਿਸੇ ਦਿੱਕਤ ਤੋਂ ਹੋ ਰਹੇ। ਸਰ, ਖੁਦ CM ਸਾਹਿਬ ਕੱਲ੍ਹ ਰਾਜਪੁਰਾ ਗਏ ਸੀ, ਉਹਨਾਂ ਨੇ ਤਹਿਸੀਲ ਦੇ ਵਿੱਚ ਖੁਦ ਵਿਜ਼ਿਟ ਕੀਤਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਲੋਕਾਂ ਦਾ ਵਿਸ਼ਵਾਸ ਵੱਧਦਾ ਜਾਂ ਲੋਕਾਂ ਦੀਆਂ ਜਿਹੜੀਆਂ ਸੁਣਵਾਈਆਂ ਜ਼ਿਆਦਾ ਹੁੰਦੀਆਂ? ਦੇਖੋ, ਸਾਡੇ ਲਈ ਤਾਂ ਬੜੀ ਮਾਣ ਵਾਲੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਜਮ੍ਹਾਂ ਪਬਲਿਕ ਨਾਲ ਜੁੜੇ ਹੋਏ ਨੇ, ਲੋਕਾਂ ਨਾਲ ਜੁੜੇ ਹੋਏ ਨੇ ਅਤੇ ਜਿੱਥੇ ਦੇਖਦੇ ਨੇ ਜਿੱਥੇ ਉਹ ਠੀਕ ਸਮਝਦੇ ਨੇ ਉੱਥੇ ਹੀ ਜਾ ਖੜਦੇ ਨੇ। ਔਰ ਮੈਂ ਇਹ ਪਹਿਲੀ ਵਾਰੀ ਦੇਖਿਆ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਇੱਦਾਂ ਦਾ ਮਿਲਿਆ ਵੀ ਜਿਹਨੂੰ ਲੋਕਾਂ ਦਾ ਦਰਦ ਆ ਅਤੇ ਲੋਕਾਂ ਦੇ ਵਿੱਚ ਰਹਿ ਕੇ ਉਹ ਕੰਮ ਕਰਦਾ। ਤੋ ਮੈਂ ਸਮਝਦਾ ਵੀ ਇਹਦੇ ਨਾਲ ਲੋਕਾਂ ਨੂੰ ਜ਼ਰੂਰ ਇਹ ਮਹਿਸੂਸ ਹੋਇਆ ਹੋਊਗਾ ਵੀ ਜੋ ਸਰਕਾਰ ਅਸੀਂ ਆਮ ਆਦਮੀ ਪਾਰਟੀ ਦੀ ਬਣਾਈ ਹੈ ਅਤੇ ਉਹਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਣੇ ਨੇ, ਅਸੀਂ ਕੋਈ ਗਲਤੀ ਨਹੀਂ ਕੀਤੀ। ਸਰ, ਹੁਣ ਇੱਥੇ ਜਿਹੜਾ ਕੈਂਪ ਲੱਗਿਆ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਲੋਕਾਂ ਨੂੰ ਦਿੱਕਤਾਂ ਜ਼ਰੂਰ ਆਈਆਂ, ਜਿਵੇਂ ਜਿਵੇਂ ਜਗਤਪੁਰ ਆਇਆ ਇੱਥੇ ਕਹਿੰਦੇ ਬਿਜਲੀ ਦੀ ਬੜੀ ਪ੍ਰੋਬਲਮ ਹੈ, ਸੁਣਦੇ ਨਹੀਂ ਹੈਗੇ ਅਧਿਕਾਰੀ, ਕਹਿੰਦੇ ਵਾਰ ਵਾਰ ਦੋ ਤਿੰਨ ਲੋਕਾਂ ਨਾਲ ਮੇਰੀ ਗੱਲ ਹੋਈ ਹੈ, ਕਹਿੰਦੇ ਸੁਣਦੇ ਨਹੀਂ, ਕੀ ਕਰੇ, ਕਿਹਦੇ ਕੋਲ ਜਾਈਏ? ਕਹਿੰਦੇ ਦੇਖੋ, ਗੱਲ ਇਹ ਹੈ ਵੀ ਸ਼ਿਕਾਇਤ ਤਾਂ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ, ਕਿਤੇ ਨਾ ਕਿਤੇ ਥੋੜ੍ਹੇ ਜਿਹੇ ਜਿਹੜੇ ਮੁਲਾਜ਼ਮਾਂ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ। ਮੈਂ ਲਿਖ ਕੇ ਵੀ ਭੇਜਿਆ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ, ਖਾਸ ਕਰਕੇ ਮੋਹਾਲੀ ਸ਼ਹਿਰ ਦੇ ਵਿੱਚ, ਕਿਉਂਕਿ ਸ਼ਹਿਰ ਵੱਡਾ, ਇੱਕ ਕਲੋਨੀ ਬਹੁਤ ਵੱਡੀ ਹੈ ਅਤੇ ਇੱਥੇ ਕਨੈਕਸ਼ਨ ਵੀ ਬਹੁਤ ਨੇ, ਵੀ ਇੱਥੇ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ। ਔਰ ਮੈਂ ਮੁਲਾਜ਼ਮਾਂ ਨੂੰ ਵੀ ਅਸੀਂ ਹਦਾਇਤਾਂ ਕੀਤੀਆਂ ਨੇ ਵੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਆਉਂਦੀ ਹੈ ਜਿੰਨੇ ਕਿ ਵੀ ਹੋਣ, ਤੁਸੀਂ ਉਸੇ ਵਕਤ ਤੁਰੰਤ ਲੋਕਾਂ ਦੀ ਜਿਹੜੀ ਸ਼ਿਕਾਇਤ ਸੁਣ ਕੇ ਉਹਦਾ ਨਿਪਟਾਰਾ ਕੀਤਾ ਜਾਵੇ। ਕਿਤੇ ਨਾ ਕਿਤੇ ਆ ਵੀ ਡਿਮਾਂਡ ਵੀ ਬਹੁਤ ਵਧੀ ਹੋਈ ਹੈ, ਗਰਮੀ ਬਹੁਤ ਪੈ ਰਹੀ ਆ, ਇਸ ਕਰਕੇ ਵੀ ਕਿਤੇ ਨਾ ਕਿਤੇ ਜਿਹੜੀ ਦਿੱਕਤ ਆ ਰਹੀ ਆ। ਅਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਇਸ ਸਮੇਂ ਥੋੜ੍ਹਾ ਬਹੁਤਾ ਸਹਿਯੋਗ ਵੀ ਦੇਣ, ਕਾਹਲੇ ਨਾ ਪੈਣ ਅਤੇ ਸ਼ਾਂਤ ਰਹਿਣ, ਅਤੇ ਹਰ ਇੱਕ ਬੰਦੇ ਦਾ ਕੰਮ ਆ ਜਿਹੜਾ ਉਹ ਹੋ ਜੂਗਾ, ਭਾਵੇਂ ਟਾਈਮ ਲੱਗ ਜਾਵੇ 1-2 ਘੰਟੇ ਦੇ ਵਿੱਚ, ਕੋਈ ਨਾ ਕੋਈ ਦਿੱਕਤ ਆ ਜਿਹੜੀ ਉਹ ਦੂਰ ਕਰ ਦਿੱਤੀ ਜਾਊ। ਜਿਹੜੀ ਇਹ ਤਾਰਾਂ ਦੀ ਸਮੱਸਿਆ ਨਾ, ਇਹ ਇਕੱਲੀ ਇੱਥੇ ਜਗਤਪੁਰੇ ਨਹੀਂ ਹੈਗੀ, ਇਹ ਸਾਰੇ ਪਿੰਡਾਂ ਦੀ ਸਮੱਸਿਆ ਹੈ। ਔਰ ਅਸੀਂ ਮੇਰੀ ਐਕਸ਼ਨ ਸਾਹਿਬ ਨਾਲ ਅਤੇ SC ਨਾਲ ਗੱਲ ਹੋ ਗਈ ਆ, ਸਾਰੇ ਪਿੰਡਾਂ ਦੇ ਜਿਹੜੇ ਐਸਟੀਮੇਟ ਬਣਾਏ ਜਾ ਰਹੇ ਨੇ ਨਵੇਂ, ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ 2-4-6 ਮਹੀਨੇ ਵਿੱਚ ਕੰਮ ਇਹ ਸ਼ੁਰੂ ਹੋ ਜਾਊਗਾ ਪਿੰਡਾਂ ਦੇ ਵਿੱਚ, ਜਿਹੜੇ ਤਾਰਾਂ ਨੰਗੀਆਂ ਪਈਆਂ ਨੇ, ਢਿੱਲੀਆਂ ਨੇ, ਅਤੇ ਉਹਨਾਂ ਨੂੰ ਤਰੀਕੇ ਦੇ ਨਾਲ ਰੱਖਣ ਦਾ ਅਤੇ ਕਸਣ ਦਾ ਅਤੇ ਨਵੀਆਂ ਪਾਉਣ ਦਾ ਜਿਹੜਾ ਕੰਮ ਹੈ ਬਹੁਤ ਜਲਦੀ ਹੈ ਜਿਹੜਾ ਸ਼ੁਰੂ ਹੋ ਜਾਊ। ਦੇਖੋ ਜੀ, ਅਸੀਂ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਂਪਸ ਲਾਏ ਹੈ, ਔਰ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਪਬਲਿਕ ਸਰਵਿਸ ਡਿਲੀਵਰੀ ਵਾਲੇ ਵਿਭਾਗ ਨੇ, ਜਿਨ੍ਹਾਂ ਨੇ ਕੋਈ ਸਰਟੀਫਿਕੇਟ ਬਣਾਉਣਾ ਹੁੰਦਾ ਹੈ ਜਾਂ ਕੋਈ ਸਿਹਤ ਸੇਵਾਵਾਂ ਜਾਂ ਕ੍ਰਿਸ਼ੀ ਸੰਬੰਧਿਤ ਸੇਵਾਵਾਂ ਕੋਈ ਦੇਣੀਆਂ ਹੁੰਦੀ, ਉਹ ਸਾਰੇ ਵਿਭਾਗ ਇੱਥੇ ਮੌਜੂਦ ਹੈ। ਹਰ ਵਿਭਾਗ ਵੱਲੋਂ 2-2, 4-4 ਨੁਮਾਇੰਦੇ, ਡਿਪੈਂਡਿੰਗ ਔਨ ਜਿਵੇਂ ਅੱਜ 4 ਪਿੰਡਾਂ ਦੇ ਲੋਕ ਇੱਥੇ ਆਏ ਹੋਏ ਨੇ, ਆਪਣੇ ਨੁਮਾਇੰਦੇ ਭੇਜੇ ਗਏ, ਔਰ ਸਾਨੂੰ ਸੜਕਾਂ ਤੋਂ ਲੈ ਕੇ ਸਿਹਤ ਨਾਲ ਸੰਬੰਧਿਤ, ਡੇਂਗੀ ਨਾਲ ਸੰਬੰਧਿਤ, ਜਿਵੇਂ ਤੁਸੀਂ ਦੱਸਿਆ ਪਾਵਰ ਡਿਪਾਰਟਮੈਂਟ ਨਾਲ ਸੰਬੰਧਿਤ, ਹਰ ਤਰ੍ਹਾਂ ਦੀ ਅਰਜ਼ੀਆਂ ਇੱਥੇ ਪ੍ਰਾਪਤ ਹੁੰਦੀ ਹੈ।
ਸਾਡੀ ਕੋਸ਼ਿਸ਼ ਮਾਨਯੋਗ ਸੀ ਐੱਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹੀ ਰਹਿੰਦੀ ਹੈ ਕਿ ਮੌਕੇ 'ਤੇ ਹੀ ਜਿਹੜੀ ਹੈ ਅਰਜ਼ੀ ਲੈ ਕੇ ਉਹਨੂੰ ਪ੍ਰੋਸੈਸ ਕਰਕੇ, ਕੰਪਿਊਟਰ ਤੁਸੀਂ ਦੇਖੋਗੇ ਸਾਰੇ ਵਿਭਾਗ ਆਪਦੇ ਕੋਲ ਲੈ ਕੇ ਬੈਠੇ ਨੇ, ਉਹਨਾਂ ਨੂੰ ਔਨਲਾਈਨ ਕੀਤਾ ਜਾਵੇ ਔਰ ਜਿੱਥੇ ਤੱਕ ਹੋ ਸਕੇ ਨਾਲ ਦੇ ਨਾਲ ਨਿਪਟਾਰਾ ਕੀਤਾ ਜਾ ਸਕੇ। ਜਿਹੜਾ ਕੋਈ ਕੰਪਲੇਂਟ ਜਿਸਦੇ ਵਿੱਚ ਸਮਾਂ ਲੱਗਣਾ ਹੈ, ਕੋਈ ਸੜਕ ਬਣਨ ਵਾਲੀ ਹੈ, ਇਸ ਤਰ੍ਹਾਂ ਦੀ ਕੋਈ ਕੰਪਲੇਂਟ ਰਹਿ ਜਾਂਦੀ ਹੈ, ਤਾਂ ਉਹਨਾਂ ਦਾ ਬਕਾਇਦਾ ਦਫ਼ਤਰ ਜਾ ਕੇ ਰਿਕਾਰਡ ਵੱਖਰੇ ਤੌਰ 'ਤੇ ਮੇਨਟੇਨ ਹੁੰਦਾ ਔਰ ਉਹਦਾ ਫੋਲੋਅਪ ਜਿਹੜਾ ਹੈ SDM ਸਾਹਿਬ ਵੱਲੋਂ ਔਰ ਮੇਰੇ ਦਫ਼ਤਰ ਵੀ ਲਿਆ ਜਾਂਦਾ ਤਾਂ ਕਿ ਸਮੇਂ ਸਿਰ ਉਹਨਾਂ ਦੀ ਸਮੱਸਿਆ ਦਾ ਨਿਪਟਾਰਾ ਹੋ ਸਕੇ। ਹੁਣ ਪਿੱਛੇ ਦਿਨ ਡਾਇਰੀਆ ਹੈਜ਼ਾ ਅਤੇ ਡੇਂਗੂ ਦੇ ਨਾਲ ਕਈ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ, ਹੁਣ ਕੀ ਰਿਪੋਰਟ ਆ ਅਤੇ ਇੱਥੇ ਜਿਹੜਾ ਕੈਂਪ ਲੱਗਿਆ ਕਿ ਇਹਦੇ ਵਿੱਚ ਕੋਈ ਲੋਕਾਂ ਨੂੰ ਅਵੇਅਰਨੈਸ ਕਰਦੇ ਨੇ ਵੀ ਹਾਂ ਤੁਸੀਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ? ਹਾਂਜੀ, ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਮੌਸਮ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ, ਇਸ ਦੇ ਵਿੱਚ ਵਾਟਰ ਬੋਰਨ ਡਿਜ਼ੀਜ਼ ਅਤੇ ਵੈਕਟਰ ਬੋਰਨ ਡਿਜ਼ੀਜ਼, ਵਾਟਰ ਬੋਰਨ ਜਿਵੇਂ ਡਾਇਰੀਆ, ਕੋਲਰਾ, ਪਿੱਛੇ ਅਸੀਂ ਦੇਖਿਆ ਸੀ ਕਿ ਕੁੰਬੜਾ ਪਿੰਡ ਦੇ ਵਿੱਚ ਸਮੱਸਿਆ ਆਈ ਸੀ, ਲੇਕਿਨ ਮੈਂ ਤੁਹਾਡੇ ਰਾਹੀਂ ਸਾਰੇ ਪ੍ਰਸ਼ਾਸਨ ਦਾ ਵੀ ਔਰ ਸਾਡੇ MLA ਸਾਹਿਬ ਦਾ ਸ਼ੁਕਰੀਆ ਕਰਦੀ ਹਾਂ ਕਿ ਇਹਨਾਂ ਨੇ MLA ਸਾਹਿਬ ਦੇ ਰਾਹੀਂ ਅਸੀਂ ਬਹੁਤ ਸਾਰੇ ਲੋਕਾਂ ਤੱਕ ਪਹੁੰਚੇ ਔਰ ਉਹਨਾਂ ਤੱਕ ਅਸੀਂ ਇਹ ਸੰਦੇਸ਼ ਪਹੁੰਚਾਇਆ ਕਿ ਕਿਸ ਤਰ੍ਹਾਂ ਦਾ ਪਾਣੀ ਪੀਣ ਯੋਗ ਹੈ, ਔਰ ਸਾਡੇ ਸਿਹਤ ਵਿਭਾਗ ਨੇ SDM ਸਾਹਿਬ ਦੇ ਰਹਿਨੁਮਾਈ ਹੇਠ ਬਹੁਤ ਵਧੀਆ ਕੰਮ ਕੀਤਾ ਔਰ ਅਸੀਂ ਉਹਨੂੰ ਕੰਟਰੋਲ ਕਰ ਲਿਆ ਜਿਹੜੀ ਬਿਮਾਰੀ ਫੈਲੀ ਸੀ, ਔਰ ਉਸ ਤੋਂ ਬਾਅਦ ਕੋਈ ਹੋਰ ਇੰਸੀਡੈਂਟ ਸਾਡੇ ਜ਼ਿਲ੍ਹੇ ਵਿੱਚ ਨਹੀਂ ਰਿਪੋਰਟ ਹੋਇਆ ਹੈ। ਅੱਜ ਵੀ ਅਸੀਂ ਡੇਂਗੀ ਮਲੇਰੀਆ ਬਾਰੇ ਜਿਹੜੀ ਹੈ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹਾਂ, ਕਿਉਂਕਿ ਹੁਣ ਆਉਣ ਵਾਲਾ ਸੀਜ਼ਨ ਸਵੇਰੇ ਸ਼ਾਮ ਉਹ ਐਨੋਫਿਲਿਸ ਮਸਕੀਟੋ ਜਿਹੜਾ ਹੈ ਉਸ ਤੋਂ ਬਚ ਕੇ ਕਿਵੇਂ ਰਹਿਣਾ ਹੈ, ਆਪਣੇ ਹੱਥ ਪੈਰਾਂ ਨੂੰ ਕਿਵੇਂ ਕਵਰ ਕਰਕੇ ਰੱਖਣਾ, ਕਿਸ ਤਰ੍ਹਾਂ ਦਾ ਪਾਣੀ ਪੀਣਾ ਤਾਂ ਕਿ ਆਪਣੀ ਸਿਹਤਾਂ ਦਾ ਲੋਕ ਖਿਆਲ ਰੱਖਣ, ਔਰ ਕਿਸ ਤਰ੍ਹਾਂ ਦੀ ਫੋਗਿੰਗ ਦੀ ਕਾਰਵਾਈ ਸਾਡੇ MC ਵੱਲੋਂ, ਸਾਡੇ ਪਿੰਡਾਂ ਦੇ ਰੂਰਲ ਡਿਪਾਰਟਮੈਂਟ ਵੱਲੋਂ, ਹੈਲਥ ਵੱਲੋਂ ਚਲਾਈ ਜਾ ਰਹੀ ਹੈ, ਕਿਸ ਤਰ੍ਹਾਂ ਪਾਣੀ ਇਕੱਠਾ ਕਰਕੇ ਆਪਣੇ ਘਰਾਂ ਦੇ ਵਿੱਚ ਨਹੀਂ ਰੱਖਣਾ ਤਾਂ ਕਿ ਉਹ ਬਾਸੀ ਹੋ ਕੇ ਉਹਦੇ 'ਤੇ ਮੱਛਰ ਨਾ ਪੈਦਾ ਹੋਣ, ਇਹ ਸਾਰੀ ਜਾਣਕਾਰੀ ਅੱਜ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ। ਇੱਕ ਲਾਸਟ ਕੁਐਸਚਨ ਹੈ ਕਿ ਡਿਸਪੈਂਸਰੀ ਦੀ ਕਹਿੰਦੇ ਦਿੱਕਤ ਬੜੀ ਆ ਰਹੀ ਹੈ, ਧਿਆਨ ਦੇ ਵਿੱਚ ਲਿਆਂਦਾ, ਅਪਗ੍ਰੇਡ ਕੀਤੀ ਆ, ਕੀ ਇੰਤਜ਼ਾਮ ਕੀਤੇ ਨੇ? ਦੇਖੋ ਜੀ, ਸਾਨੂੰ ਹੁਣੇ ਰਿਪੋਰਟ ਹੋਇਆ ਕਿ 2 ਦਿਨ ਪਹਿਲਾਂ ਇੱਥੇ ਡਿਸਪੈਂਸਰੀ ਵਿਖੇ ਚੋਰੀ ਹੋਈ ਹੈ। ਅਸੀਂ ਸਭ ਤੋਂ ਪਹਿਲਾਂ ਤਾਂ ਉਹਦੀ ਪੁਲਿਸ ਕੰਪਲੇਂਟ ਕਰਾ ਕੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਤਰ੍ਹਾਂ ਦਾ ਸਟਰਕਚਰ ਜਿਹੜਾ ਲੋਕਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ, ਇੱਥੇ ਦੇ ਲੋਕਾਂ ਨੂੰ ਹੀ ਠੀਕ ਕਰਦਾ, ਉੱਥੇ ਜੇ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਤਾਂ ਬਹੁਤ ਹੀ ਅਫਸੋਸਜਨਕ ਹੈ। ਔਰ ਨਾਲ ਹੀ ਅਸੀਂ ਸਿਵਲ ਸਰਜਨ ਨਾਲ ਗੱਲ ਕਰਕੇ ਇੱਥੇ ਦੇ ਪਰਮਾਨੈਂਟ ਅਰੇਂਜਮੈਂਟ CCTV ਕੈਮਰਾ ਲਾਉਣ ਦੇ, ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ, ਔਰ ਹੋਰ ਵੀ ਇੱਥੇ ਬਿਜਲੀ ਦਾ ਕਨੈਕਸ਼ਨ, ਪੱਖੇ ਅਤੇ ਹੋਰ ਤਰ੍ਹਾਂ ਦੀ ਸੁਵਿਧਾਵਾਂ ਸਾਰੀ ਮੁਹੱਈਆ ਕਰਵਾਵਾਂ।